ਕੀ ਬਣਾ ਲੱਗਾ ਫਿਰ ਪਜੀਰੀ ਹੈਲੋ ਫਰੈਂਡਸ ਅੱਜ ਬਣਾ ਰਹੇ ਹਾਂ ਅਸੀਂ ਪਜੀਰੀ ਤੇ ਆ ਪਜੀਰੀ ਦਾ ਸਮਾਨ ਅੱਛਾ ਪਜੀਰੀ ਬਣਾ ਲੱਗੀ ਹੈ ਗੁੰਦਾ ਇਹ ਉਹ ਕੀ ਕਹਿੰਦੇ ਆ ਮਗਜ਼ ਇਹ ਹੈਗੇ ਫੋਕਸ ਨਟ ਜਿਹਨੂੰ ਕਹਿੰਦੇ ਆ ਕੀ ਖੋਲ ਖਾਣੀ ਆਟਾ 2 ਕਿਲੋ 1 ਕਿਲੋ ਸ਼ੱਕਰ ਲਈ ਆ ਸੋਗੀ ਬਦਾਮ ਕਾਜੂ ਕੇ ਇਹ ਮਖਾਣੇ ਆ ਜੇ ਘੱਟ ਗਏ ਤਾਂ ਆਪਾਂ ਹੋਰ ਪਾਵਾਂਗੇ ਤਾਂ ਕਿ ਤਾਕਤ ਸਰਦੀਆਂ ਵਿੱਚ ਜ਼ਿਆਦਾ ਚਲੋ ਪ੍ਰੋਸੈਸ ਸ਼ੁਰੂ ਕਰੋ ਫਿਰ ਦਿਖਾਓ ਤਾਂ ਸੀ ਸਾਨੂੰ ਆ ਲੈ ਜੀ ਕੜਾਈ ਰੱਖੀ ਆਪਾਂ ਐਦਾਂ ਵਾਹ ਤੇ ਆਪਾਂ ਸੁਕਾਰੀਏ ਰਾ ਚਲੋ ਚਲੋ ਕੜਾਈ ਗਰਮ ਹੋਣੀ ਸ਼ੁਰੂ ਹੋ ਗਈ ਪਾ ਦੋ ਘਿਓ ਚਲੋ ਜੀ ਇਹਦੇ ਵਿੱਚ ਪਾ ਦਿੰਦੇ ਆਪਾਂ ਘਿਓ ਘੱਟ ਵੀ ਲੱਗ ਸਕਦਾ ਤੇ ਵੱਧ ਵੀ ਜੇ ਜ਼ਿਆਦਾ ਖਾਣਾ ਚਾਹੁੰਦੇ ਆਪਾਂ ਕਿਉਂਕਿ ਜਿਹੜੇ ਆਹ ਹੁੰਦੇ ਨਾ ਗੁੰਦਾਂ ਇਹ ਜਿਹੜੀਆਂ ਜ਼ਿਆਦਾ ਘੇ ਚੂਸਦੀਆਂ ਵਾ ਅੱਛਾ ਤੇ ਡਰਾਈ ਫਰੂਟ ਵੀ ਆਪਾਂ ਇਹਦੇ ਵਿੱਚ ਚੰਗਾ ਜਿਹਾ ਘੇ ਕੜਛੀ ਦਈਓ ਪੁੱਤ ਓਕੇ ਚੰਗਾ ਸਾਰਾ ਘਿਓ ਪਾ ਦਿਓ ਜੀ ਇਹਦੇ ਵਿੱਚ ਕਿਉਂਕਿ ਜੇ ਚੂਸਣਾ ਮਾਂ ਬਦਾਮਾਂ ਨੇ ਸਾਰੇ ਅਸਮਾਨ ਨੇ ਚੂਸਣਾ ਅਸਮਾਨ ਹੈਗਾ ਓਕੇ ਤਾਂ ਦੂਸਰੀ ਕੜਛੀ ਚਾਹੀਦੀ ਸੀ ਓਕੇ ਕੱਢਣ ਨੂੰ ਗਈ ਚਾਹੀਦੀ ਗਈ ਯਾਰ ਕਿਉਂਕਿ ਘੇ ਪੈਣਾ ਖੁੱਲਾ ਇਹਦੇ ਵਿੱਚ ਕਿਲੋ ਦਾ ਪਾ ਹੀ ਦਿੱਤਾ ਨਹੀਂ ਹਜੇ ਕਿਲੋ ਨਹੀਂ ਗਿਆ ਥੋੜਾ ਥੋੜਾ ਕਰਕੇ ਪਾਵਾਂਗੇ ਆਪਾਂ ਓਕੇ ਵਧੀਆ ਇਹ ਤੋਂ ਬਾਅਦ ਕੀ ਪਾਣਾ ਇੱਥੇ ਇਹ ਹਜੇ ਗਰਮ ਹੋ ਲਵੇ ਆਪਾਂ ਗੁੰਦਾ ਭੁੰਨਦੇ ਆ ਪਹਿਲਾਂ ਗਰਮ ਹੋਣ ਤੋਂ ਬਾਅਦ ਨਾਲ ਹੀ ਘਿਓ ਗਰਮ ਹੋ ਗਿਆ ਆਪਾਂ ਇਹ ਪਾ ਕੇ ਥੋੜਾ ਜਿਹਾ ਦੇਖਾਂਗੇ ਕਿ ਜੇ ਉੱਠ ਕੇ ਉੱਪਰ ਆ ਰਹੇ ਆ ਜ਼ਿਆਦਾ ਘੇ ਗਰਮ ਹੋਣ ਦੇ ਨਾਲ ਹੀ ਇਹ ਚੰਗੀ ਤਰ੍ਹਾਂ ਫਰਾਈ ਹੋਣਗੇ ਹੋ ਗਿਆ ਪਾ ਕੇ ਦੇਖੋ ਦੇਖੋ ਜੀ ਦੇਖੋ ਬਣ ਗਏ ਪੌਪਕਾਰਨ ਗੁੰਦਾਂ ਦੇ ਇਹ ਡਬਲ ਟ੍ਰਿਪਲ ਹੋ ਜਾਣੇ ਆ ਚਲੋ ਜੀ ਸੋ ਏਦਾਂ ਹੀ ਸਾਰੀਆਂ ਗੁੰਦਾਂ ਕਰਕੇ ਇਹਦੇ ਵਿੱਚ ਰੱਖ ਲੈਣੀਆਂ ਗਾਈਜ਼ ਹਾਂ ਹੋ ਗਿਆ ਡਨ ਦੇਖੋ ਹਲਕੀਆਂ ਹਲਕੀਆਂ ਹੋ ਗਈਆਂ ਅੰਦਰੋਂ ਪੂਰੀ ਤਰ੍ਹਾਂ ਹੋ ਗਈਆਂ ਮਖਾਣੇ ਬਣ ਗਏ ਇਹਦੇ ਉਹ ਬਣ ਗਏ ਸਾਬੂਦਾਣਾ ਬਣ ਗਿਆ ਸਾਬੂਦਾਣਾ ਬਣ ਗਿਆ ਗੁੰਦਾਂ ਸਾਰੀਆਂ ਫਰਾਈ ਹੋ ਕੇ ਤਿਆਰ ਹੋ ਗਈਆਂ ਹੁਣ ਇਹਨੂੰ ਠੰਡੀਆਂ ਹੋਣ ਲਈ ਇੱਕ ਸਾਈਡ ਤੇ ਰੱਖ ਦਾਂਗੇ ਆਪਾਂ ਇੱਕ ਸਾਈਡ ਤੇ ਹੁਣ ਇਹਦੇ ਵਿੱਚ ਪਾ ਦਵਾਂਗੇ ਆਪਾਂ ਫੋਕਸ ਨਟ ਫੂਲ ਮਖਾਣੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਰੋਸਟ ਕਰ ਲਾਂਗੇ ਤਾਂ ਕਿ ਕੁਰਕਰੇ ਵੀ ਹੋ ਜਾਣ ਜਿਹੜੇ ਸੌਗੀ ਪਾਨ ਇਹਨਾਂ ਵਿੱਚ ਹੁੰਦਾ ਹਨ ਉਹ ਹਟ ਜਾਵੇ ਕਰੰਚੀ ਹੋ ਜਾਣ ਜਿੱਦਾਂ ਪੌਪਕਾਰਨ ਹੁੰਦੇ ਬਿਲਕੁਲ ਉਸ ਤਰ੍ਹਾਂ ਦੇ ਹੋ ਜਾਣੇ ਇਹ ਵੀ ਪੂਰਾ ਘੇ ਜਿਹੜਾ ਹੈਗਾ ਵਾ ਉਹ ਫੁੱਲ ਮਖਾਣਿਆਂ ਨੇ ਚੂਸ ਲਿਆ ਵਾ ਤੇ ਆਪਾਂ ਇਹਦੇ ਵਿੱਚ ਨਿਊ ਘੇ ਨਵਾਂ ਘੇ ਪਾਵਾਂਗੇ ਹੋਰ ਤੇ ਇਹਦੇ ਵਿੱਚ ਆਪਾਂ ਬਦਾਮ ਰੋਸਟ ਕਰ ਲਾਂਗੇ ਤੇ ਆਹ ਦੇਖੋ ਆਹ ਪੂਰੇ ਜਿੱਦਾਂ ਨਾ ਪੌਪਕਾਰਨ ਦੀ ਤਰ੍ਹਾਂ ਕਰੰਚੀ ਹੋ ਗਏ ਆ ਪਜੀਰੇ ਵਿੱਚ ਇਹ ਚੰਗੀ ਤਰ੍ਹਾਂ ਘੁਲ ਜਾਣੇ ਮਿਕਸ ਹੋ ਜਾਣੇ ਥੋੜ੍ਹੇ ਜਿਹੇ ਬਣ ਜਾਣੇ ਇਹ ਜ਼ਿਆਦਾ ਦਿਸ ਰਹੇ ਆ ਜਿਹੜੇ ਇਹਨੂੰ ਪੀਸ ਕੇ ਬਦਾਮਾਂ ਦੀ ਨਾ ਚਟਕ ਚਟਕ ਦੀ ਆਵਾਜ਼ ਆਉਣ ਲੱਗ ਪਈ ਜਿੱਦਾਂ ਕੱਟ ਕੱਟ ਦੀ ਆ ਦੇਖੋ ਪਟਾਕੇ ਵੱਜਣ ਲੱਗ ਪਏ ਆ ਇਹਦਾ ਮਤਲਬ ਇਹ ਰੋਸਟ ਹੋ ਰਹੇ ਆ ਰੋਸਟ ਹੋ ਗਏ ਜ਼ਿਆਦਾ ਕਰਾਂਗੇ ਆਪਾਂ ਤਾਂ ਇਹਨੇ ਕਾਲੇ ਅੰਦਰੋਂ ਬਰਾਊਨ ਜ਼ਿਆਦਾ ਹੋ ਜਾਣਾ ਅਤੇ ਉਹ ਚੰਗੇ ਨਹੀਂ ਲੱਗਣੇ ਦੇਖਣ ਵਿੱਚ ਆ ਦੇਖੋ ਕ੍ਰੈਕ ਹੋਣ ਲੱਗ ਪਏ ਆਵਾਜ਼ ਆ ਰਹੀ ਆ ਇਹਨਾਂ ਦਾ ਰੋਸਟ ਹੋ ਚੁੱਕੇ ਆ
हूँ ये काजू पा देंगे थोड़े जो फ्राई होने वास्ते क्योंकि सर्दियों का मौसम आ गया ड्राई फ्रूट जरा ज़्यादा हो गए तो थोड़ा थोड़ा भी भावें सवेरे खा लो किसी टाइम भी खा लो थोड़ी तसल्ली हो जाती बंदे नूं इनू लाइट ब्राउन करके ना आप कर लेने ये भी सॉफ्ट तो जरा कुरकुरे जो क्रंची जो हो जाने है हूँ आप काजू माड़े जो ब्राउन हो गए फल लेने ये कुरकुरे हो जाने ज़्यादा किते सड़ जाने है ये सब ठंडे होने तो बाद इन्होंने जरा अपना क्रंचीनैस देनी है हूँ ये आप पा दें मगज मगज जिन्हों कहते हैं ये ज़्यादा गर्म करने की लोड़ भी नहीं होंगी ये पटाके देखियो कि वजदे पर हट जा पुत होए जो माड़े जे ब्राउन होना दो मिनट का काम है यदा जो थोड़े जो होने लगे तो आप सौगी भी पा लेनी इंज करके हम ये झग निकल लग पी है झग दे के डर ना जाइयो ये पटाके बजने हैं बाद कुरकरे होने वास्ते आवाज आ रही है जो क्डन लगने ना आप उस थोड़ी देर पहले ही आप सौगी पावे क्योंकि ज़्यादा नहीं करने फुल जानी है तो फिर बेकार लगनी है वैसे ना भी पाइए तो कोई गल नहीं देखो जी ज़्यादा कर दे तो आप सड़ जाना सी क्योंकि सॉफ्ट होंगे ये जो घी आया ना इसमें देख के डरियो ना क्योंकि आटे के चल जाना सारा कुछ समान लाइट ब्राउन हो बिना घी तो भुना गे ना होगा कि हल्का रहूगा जो घी पा के भुना गे हिलाना मुश्किल हो जाता इसलिए इनू आप ब्राउन करते हैं लाइट ब्राउन जा डार्क जिदा भी करना चाहते हैं इनू करते हैं थोड़ा जहा ब्राउन इनू कर लें बाद विच इहदे विच थोड़ी जी सूजी भी पानी आप कौली दो कौलियां पा लेना उन्हें है ना कुरकुरी जी आती थोड़ा क्रंच जी आ जाता उन्हें भी हाँ जी इनू आटे नू भुजते भुजते अद्धा घंटा हो चुका पूरा कि इसलिए नहीं पाया कि हैवी हो जाता वा ज़्यादा सेके नाल भी सड़न लग पैंदा हुण आपां ना घी पा देंगे इहदे विच ताकि थोड़ा ज़्यादा जलन का तरीका घट हो जाए तो आप बदाम कट रहे हैं तो गूंदा नूं आपां गिलास के नाल ही ऐ मैश कर लैणा मिक्सी विच नहीं करना क्योंकि आटा ही बन जाणा इहदा हुण आपां इहदे विच घी पा देंगे ताकि ये थोड़ा जिहा समूथली हो सके चंगी तरह घी पा देना घी हजे होर पाना आप ताकि पूरा मिक्स हो जाए घी के बिच ये आटा फिर नाल भी गैस के आटा घट लगेगा कढ़ाई के बिच इनू पूरा एक घंटा लग चुका वा भुजन लगे देखो पूरी तरह हो गया घी भी मैं इन्ना ज़्यादा नहीं पाया कि बिल्कुल चौंदा हो क्योंकि साडे ड्राई फ्रूट थोड़ा घी हैगा वा जिहड़ा इहदे विच जाके मिक्स हो जाना हुण आपां ने इहदे विच थोड़ी जी सुंड जिहड़ी हैगी है आ सुंड सुंड नूं भी थोड़ी जी पा लांगे ज़्यादा नहीं पावांगे तो कई बार बच्चे नहीं खाते ज़्यादा स्ट्रोंग ये नालों नाल ही भुज जानी हैगी है ये ज़्यादा करन दी जरूरत नहीं है जे तुहानू घी दी जरूरत होई तो तुसी थोड़ा जिहा पा भी सकदे आ इहदे विच गरम हुंदा वा गरम गरम विच पा सकदे आ देखो
ਤੇ ਇਹ ਦੇਖੋ ਅਸੀਂ ਇਹਨੂੰ ਜਿਹੜੀ ਗੁੰਦਾ ਸੀ ਨਾ ਇਹਨੂੰ ਮੈਸ਼ਰ ਨਾਲ ਮੈਸ਼ ਕਰ ਲਿਆ ਹੈਗਾ ਅਤੇ ਡਰਾਈ ਫਰੂਟ ਨੂੰ ਅਸੀਂ ਕੱਟ ਕੇ ਰੱਖ ਲਿਆ ਹੈਗਾ ਅਤੇ ਇਹ ਸੌਗੀ ਉੱਦੀ ਰੱਖ ਲਈ ਹੈ ਅਤੇ ਜਿਹੜੇ ਹੈਗੇ ਆ ਮਗਜ਼ ਉਹ ਕੀਤੇ ਹੋਏ ਸੀ ਅਤੇ ਆਹ ਹੈਗੇ ਆ ਆਪਣੇ ਫੂਲ ਮਖਾਣੇ ਆਪਾਂ ਇਹਨੂੰ ਵੇਲਣੇ ਆ ਐਂ ਜੇ ਰੋਸਟ ਹੋਣ ਕਰਕੇ ਜਲਦੀ ਟੁੱਟ ਗਏ ਇੱਦਾਂ ਕਰਕੇ ਟੁੱਟ ਗਏ ਹੈਗੇ ਆਪਾਂ ਇਹਨੂੰ ਕਰਨ ਤੋਂ ਬਾਅਦ ਸਾਰਾ ਕੁਛ ਇਹਦੇ ਵਿੱਚ ਮਿਕਸ ਕਰ ਦੇਣਾ ਜ਼ਿਆਦਾ ਔਖਾ ਕੰਮ ਨਹੀਂ ਡਰਨ ਦੀ ਲੋੜ ਨਹੀਂ ਬਸ ਪਿੱਠ ਦਰਦ ਕਰਦੀ ਹੈ ਕਿਉਂਕਿ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਯਾਰ ਦੇਖੋ ਕਲਰ ਕਿਸ ਤਰ੍ਹਾਂ ਦਾ ਲੱਗਦੇ ਆ ਮੈਂ ਤੁਹਾਨੂੰ ਕਿਹਾ ਸੌਖਾ ਬੱਚਾ ਵੀ ਬਣਾ ਸਕਦਾ ਐਂ ਵੀ ਡਰਾਇਆ ਹੋਇਆ ਬੱਚਿਆਂ ਦਾ ਕੰਮ ਨਹੀਂ ਹੈ ਕੁਛ ਨਹੀਂ ਕਰ ਸਕਦੇ ਬਸ ਆਟੇ ਨੂੰ ਘੱਟ ਗੈਸ ਦੇ ਉੱਤੇ ਹੌਲੀ ਹੌਲੀ ਭੁੰਨਣਾ ਆਪਾਂ ਅਤੇ ਡਰਾਈ ਫਰੂਟ ਨੂੰ ਇੱਦਾਂ ਹੀ ਰੋਸਟ ਕਰਕੇ ਰੱਖ ਲੈਣਾ ਆਪਾਂ ਬਾਅਦ ਵਿੱਚ ਜਦੋਂ ਆਟਾ ਭੁੱਜ ਗਿਆ ਉਦੋਂ ਲਾਸਟ ਵਿੱਚ ਘੀ ਪਾ ਦੇਣਾ ਤਾਂ ਕਿ ਸੌਖਾ ਹੋ ਜਾਵੇ ਭੁੰਨਣਾ ਹੋਇਆ ਭੁੰਨਣਾ ਆਪਾਂ ਨੂੰ ਅਤੇ ਬਾਅਦ ਵਿੱਚ ਮਿਕਸ ਕਦੋਂ ਕਰਨਾ ਹੁਣ ਆ ਦੇਖ ਵਿੱਚ ਆਪਾਂ ਨਾ ਕੌਲੀ ਸੂਜੀ ਵੀ ਪਾਈ ਸੀ ਉਹਨਾਂ ਥੋੜ੍ਹਾ ਜਿਹਾ ਨਾ ਦੰਦਾਂ ਥੱਲੇ ਕਰੰਚ ਜਿਹਾ ਆਉਂਦਾ ਸੂਜੀ ਦਾ ਲੱਗ ਗਿਆ ਹੈ ਸੁੰਡ ਵੀ ਇਹਦੇ ਵਿੱਚ ਹੋ ਜਾਣੀ ਹੈ ਆਪਣੇ ਆਪ ਹੀ ਕਈ ਲੋਕ ਘੀ ਜ਼ਿਆਦਾ ਲਾਈਕ ਕਰਦੇ ਆ ਆਪਾਂ ਘੀ ਜ਼ਿਆਦਾ ਵੀ ਪਾ ਸਕਦੇ ਪਰ ਮੈਂ 2 ਕਿਲੋ ਤੋਂ ਥੋੜ੍ਹਾ ਜਿਹਾ ਬਚਾ ਰਿਹਾ ਹੈਗਾ ਜੇ ਪਾਉਣਾ ਹੋਇਆ ਤਾਂ ਪਾ ਸਕਦੇ ਹਾਂ ਆਪਾਂ ਡਰਾਈ ਫਰੂਟ ਪਾ ਕੇ ਦੇਖਦੇ ਹਾਂ ਕਿ ਲੋੜ ਹੈਗੀ ਆ ਕਿਉਂਕਿ ਗੁੰਦਾਂ ਵਿੱਚ ਬਹੁਤ ਜ਼ਿਆਦਾ ਘੀ ਹੈਗਾ ਭਰਿਆ ਹੋਇਆ ਮਿਕਸ ਕਰੀਏ ਸੁੰਡ ਦੀ ਸਮੈਲ ਲਿਆ ਤੇ ਜਰਾ ਆ ਰਹੀ ਆ ਰਹੀ ਆ ਹੋ ਗਿਆ ਹੁਣ ਆਪਾਂ ਇੱਦਾਂ ਕਰਨਾ ਆ ਜਿਹੜਾ ਡੋਂਗਾ ਆ ਨਾ ਇਹਦੇ ਵਿੱਚ ਆਹ ਫੁੱਲ ਮਖਾਣੇ ਸੀ ਆਪਾਂ ਇਹ 2 ਆਟੇ ਦੇ ਲਏ ਸੀ ਆਪਾਂ ਹੁਣ 1 ਸ਼ੱਕਰ ਦਾ ਲੈ ਲੈਣਾ ਕਿਉਂਕਿ 2 ਆਟੇ ਦੇ ਹੋਣ ਅਤੇ 1 ਸ਼ੱਕਰ ਦਾ ਲੈ ਲਈਦਾ ਡਰਾਈ ਫਰੂਟ ਦਾ ਕੋਈ ਨਹੀਂ ਹੁੰਦਾ 1.25 ਕਿਲੋ ਦੇ ਕਰੀਬ ਡਰਾਈ ਫਰੂਟ ਹੈਗਾ ਜਿਹੜਾ ਉੱਤੇ ਪੈ ਜਾਣਾ ਮਿੱਠਾ ਬਿਲਕੁਲ ਤੁਹਾਡਾ ਪਰਫੈਕਟ ਆਏਗਾ ਜੇ 2 ਤੁਹਾਡੀਆਂ ਕੋਲੀਆਂ ਆਟੇ ਦੀਆਂ ਹੈਗੀਆਂ ਤਾਂ ਤੁਹਾਨੂੰ 1 ਕੌਲੀ ਸ਼ੱਕਰ ਦੀ ਬਹੁਤ ਹੁੰਦੀ ਹੈ ਹਾਂ ਜੇ 2 ਡੋਂਗੇ ਇਹਦੇ ਆਟੇ ਦੇ ਲਿੱਤੇ ਤਾਂ 1 ਡੋਂਗਾ ਸ਼ੱਕਰ ਦਾ ਹੋਣਾ ਚਾਹੀਦਾ ਹੈ ਨਾ ਹਾਂਜੀ ਜੇ ਲਾਈਟ ਕਰਦੇ ਹਾਂ ਲਾਈਟ ਥੋੜ੍ਹਾ ਘੱਟ ਵੀ ਕਰ ਸਕਦੇ ਹਾਂ ਬਹੁਤ ਹੈ ਨਾ ਕਿਉਂਕਿ ਆਪਾਂ 1 ਕਟੋਰੀ ਉਹਦੀ ਵੀ ਪਾਈ ਸੀ ਸੂਜੀ ਦੀ ਵੀ 1 ਕਟੋਰੀ ਇਹਨੂੰ ਪੂਰਾ ਉੱਪਰ ਤੱਕ ਕਰ ਲੈਣਾ ਫਿਰ ਦੇਖੋ 2 ਆਟੇ ਦੇ 1 ਸ਼ੱਕਰ ਦਾ ਬਾਕੀ ਡਰਾਈ ਫਰੂਟ ਹੋਰ ਕੁਛ ਨਹੀਂ ਕਰਨਾ ਆਪਾਂ ਇਹ ਪੂਰਾ ਬਰਾਊਨ ਰੋਸਟ ਹੋ ਚੁੱਕਾ ਵਾ ਚੰਗੀ ਤਰ੍ਹਾਂ ਆਪਾਂ ਡਰਾਈ ਫਰੂਟ ਪਾ ਕੇ ਦੇਖਦੇ ਹਾਂ ਜੇ ਘੀ ਦੀ ਲੋੜ ਪਈ ਤਾਂ ਆਪਾਂ ਪਾ ਸਕਦੇ ਹਾਂ ਆਹ ਦੇਖੋ ਮੂੰਹ 'ਚ ਵੀ ਆਉਣ ਤਾਂ ਵੀ ਅੱਛੇ ਲੱਗਦੇ ਆ ਇਹ ਆਹ ਦੇਖੋ ਕਿੰਨੇ ਈਜ਼ੀਲੀ ਹੈ ਨਾ ਟੁੱਟ ਰਹੇ ਆ ਦੇਖੋ ਆਪਣਾ ਮਿਕਸਚਰ ਪੂਰਾ ਤਿਆਰ ਹੋ ਗਿਆ ਨਾ ਆਟੇ ਦਾ ਆਪਾਂ ਬਿਲਕੁਲ ਘੱਟ ਗੈਸ ਦੇ ਉੱਤੇ ਭੁੰਨਿਆ ਵਾ ਇੰਨੀ ਕੁ ਗੈਸ ਸੀ ਆਪਣੀ ਇੱਥੇ ਭੁੰਨਿਆ ਵਾ ਖੜ੍ਹੇ ਹੋ ਗਏ ਤੇਰੀ ਪੇਟ 'ਚ ਦਰਦ ਬੈਕ ਪੇਨ ਹੋ ਰਹੀ ਆ ਆਪਣੀ ਆਪਾਂ ਹੁਣ ਇਹਦੇ ਵਿੱਚ ਸਾਰਾ ਸਮਾਨ ਪਾ ਦੇਣਾ ਦੇਖੋ ਆਟਾ ਬਣ ਗਿਆ ਨਾ ਵਿੱਚ ਵਿੱਚ ਆ ਪਾ ਦੇਣਾ ਆਪਾਂ ਜਿਹੜਾ ਮੈਸ਼ਰ ਨਾਲ ਮੈਸ਼ ਕੀਤੇ ਹੋਏ ਆ ਗੁੰਦਾਂ ਨਾ ਆ ਦੇਖੋ ਇਹ ਸਾਰਾ ਘੇ ਭਰਿਆ ਹੋਇਆ ਇਹਦੇ ਵਿੱਚ ਦੇਖੋ ਘੇ ਹੀ ਭਰਿਆ ਹੋਇਆ ਤਦ ਕਰਕੇ ਮੈਂ ਥੋੜ੍ਹਾ ਜਿਹਾ ਘੇ ਕੱਟ ਰੱਖਿਆ ਵਾ ਕਈ ਜ਼ਿਆਦਾ ਲਾਈਕ ਨਹੀਂ ਕਰਦੇ ਹੈਗੇ ਅਤੇ ਆਪਣੇ ਆ ਜਿਹੜੇ ਮਗਜ਼ ਕੀਤੇ ਸੀ ਇਹਦੇ ਵਿੱਚ ਵੀ ਘੇ ਬਹੁਤ ਜ਼ਿਆਦਾ ਸੀ ਹਾਂ ਦੇਖੋ ਇਹ ਆਪਾਂ ਇੱਦਾਂ ਹੀ ਕੱਢ ਲਿਆ ਸੀ ਤਾਂ ਕਿ ਜੇ ਆਟੇ 'ਚ ਕੱਟ ਹੋਵੇ ਤਾਂ ਇਹਦੇ ਵਿੱਚ ਐਡਜਸਟ ਹੋ ਜਾਵੇ ਪੰਜਾਬੀ ਤਰੀਕੇ ਨਾਲ ਕਰ ਰਹੇ ਹਾਂ ਆਪਾਂ ਬਿਲਕੁਲ ਹੱਥ ਨਾਲ ਦੇਖੋ ਬਾਅਦ ਵਿੱਚ ਆਟੇ 'ਚ ਇੱਦਾਂ ਮਿਕਸ ਕਰ ਦੇਣਾ ਆਪਾਂ ਜੇ ਤੁਹਾਡਾ ਬਰਤਨ ਛੋਟਾ ਹੋਵੇ ਤਾਂ ਕੋਈ ਖੁੱਲ੍ਹੇ ਭਾਂਡੇ ਵਿੱਚ ਤੁਸੀਂ ਕਰ ਲਓ ਆਪਾਂ ਸ਼ੱਕਰ ਲਾਸਟ ਦੇ ਉੱਤੇ ਕਰਦੇ ਹਾਂ
ਪਕੌੜੇ ਵੀ ਬਣਾ ਸਕਦੇ ਪਰ ਆਪਾਂ ਜ਼ਿਆਦਾ ਥੋੜ੍ਹੀ ਜਿਹੀ ਬਣਾਈ ਆ ਕਿ ਕਿਸੇ ਨੇ ਕਿਤੇ ਜਾਣਾ ਤਾਂ ਡੱਬੇ 'ਚ ਪਾ ਕੇ ਲਿਜਾ ਸਕਦਾ ਰਸਤੇ ਵਿੱਚ ਖਾ ਸਕਦਾ ਹੁਣ ਆਪਾਂ ਬਦਾਮ ਕਾਜੂ ਜਿਹੜੇ ਹੈਗੇ ਕਟਿੰਗ ਕੀਤੀ ਹੋਈ ਆ ਸਾਰੇ ਵਿੱਚ ਪਾ ਲਾਂਗੇ ਇਹ ਵੀ ਮਿਕਸ ਕਰ ਲਾਂਗੇ ਇਹ ਇੱਕ ਜਾਣੇ ਕੋਲ ਨਹੀਂ ਜਾਣੀ ਕਈਆਂ ਜਾਣਿਆਂ ਕੋਲ ਜਾਣੀ ਆ ਅਤੇ ਆਪਾਂ ਘੁੰਮਣ ਫਿਰਨ ਲੱਗੇ ਵੀ ਲਿਜਾ ਸਕਦੇ ਨਾਲ ਡੱਬੇ 'ਚ ਪਾ ਕੇ ਸਵੇਰੇ ਚਾਹ ਨਾਲ ਖਾਓ ਸ਼ਾਮ ਨੂੰ ਚਾਹ ਨਾਲ ਪੀਓ ਦੁੱਧ ਨਾਲ ਲਓ ਕਿਉਂਕਿ ਇਹਦੇ ਵਿੱਚ ਗੁੰਦਾ ਬਹੁਤ ਆ ਅਤੇ ਆਹ ਦੇਖੋ ਇੱਕ ਡੋਂਗਾ ਜਿਹੜਾ ਆਪਾਂ ਸ਼ੱਕਰ ਦਾ ਭਰਿਆ ਸੀ ਉਹ ਸਾਰਾ ਇੱਦਾਂ ਹੀ ਪਾ ਦੇਣਾ ਗੈਸ ਬੰਦ ਕਰ ਸਕਦੇ ਹਾਂ ਠੀਕ ਹੈ ਨਾ ਅਤੇ ਆਪਾਂ ਇੱਦਾਂ ਹੀ ਮਿਕਸ ਕਰ ਦੇਣਾ ਉਹ ਆਪਣੇ ਆਪ ਹੌਲੀ ਹੌਲੀ ਥੱਲੇ ਚਾਈ ਜਾਣਾ ਘਬਰਾਉਣ ਦੀ ਲੋੜ ਨਹੀਂ ਜੇ ਤੁਹਾਨੂੰ ਮਿਕਸ ਕਰਨ 'ਚ ਥੋੜ੍ਹੀ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਵੱਡਾ ਭਾਂਡਾ ਲੈ ਲਓ ਕਮੈਂਟ ਕਰਕੇ ਦੱਸਿਓ ਜ਼ਰੂਰ ਕਿਸ ਤਰ੍ਹਾਂ ਦਾ ਕਲਰ ਲੱਗ ਰਿਹਾ ਇਹਦਾ ਇਹ ਹਜੇ ਮਿਕਸ ਕਰ ਰਹੇ ਹਾਂ ਅਸੀਂ ਬਣਾ ਕੇ ਅਤੇ ਖਾ ਕੇ ਹੀ ਦੱਸਿਓ ਲੱਗ ਹੀ ਰਿਹਾ ਉਸ ਕਲਰ ਤੋਂ ਦੇਖ ਕੇ ਹਜੇ ਸ਼ੱਕਰ ਮਿਕਸ ਨਹੀਂ ਹੋਈ ਨਾ ਪ੍ਰੋਪਰ ਹਾਂਜੀ ਆਪਾਂ ਰਾਤੀ ਬਣਾਈ ਸੀ ਪੰਜੀਰੀ ਜਿਹੜੀ ਰਾਤੀ ਤਿਆਰ ਹੋ ਗਈ ਸੀ ਅਤੇ ਲੇਟ ਕਾਫੀ ਹੋ ਗਏ ਸੀ ਆਪਾਂ ਅਤੇ ਦੇਖੋ ਕਿਸ ਤਰ੍ਹਾਂ ਦੀ ਲੱਗ ਰਹੀ ਹੈਗੀ ਸਵੇਰ ਦਾ ਟਾਈਮ ਆ ਪੂਜਾ ਪਾਠ ਹੋ ਚੁੱਕਿਆ ਹੁਣ ਚਾਹ ਪੀ ਕੇ ਆਪਾਂ ਕੰਮ ਦੀ ਤਿਆਰੀ ਕਰਦੇ ਹਾਂ ਅਤੇ ਟੇਸਟ ਕਰਵਾਉਂਦੇ ਹਾਂ ਦੱਸਣਗੇ ਜਨਾਬ ਜੀ ਪੂਜਾ ਦੀ ਬਣੀ ਵਾਹ